सोने की हुए ऐसी, सोने की हुए ऐसी, नोंदा क्यों सी? काके ने नहा लिया। लो जी अगे नहा लिया, ये कपड़े पाते ने बड़े ड्रामे किते, ते ओ मैं ना ओ थिमल जी लाली फोन दे विच, ते मैं ओ नहीं किता, ते उरे करके ना दो तीन क्लिप ले तो जेडी की आवाज ही नहीं विच आई। ते हुण मैं फिर चलिया ही कि मैं पनियाड़ विच अगे दस्या ही, ते पर आवाज नहीं आई कि मैं कम चलिया ही। ते काके साडे ने नहाता वा जे, ते नहा के ते कपड़े पाने तो बहुत जिद करदा सी। सोने ओ देखो, ओ देखो, ओ मेरे पुत नूं सारे देखदे सी, सत श्रीकाल करदा सी तू। हाँ सत श्रीकाल कर दो सारे नूं, ए छड्डो छड्डो, सत श्रीकाल कर दो सत। ओ जी सारे नूं सत श्रीकाल जी। हाँ जी हाँ जी, लो खेत लो हुण जी लगा पाण कपड़े। कपड़े पाण तो जिद करदा मैं तुहानूं अगे दिखाया ही, पर आवाज नहीं आई, मेरी गलती हो गई। जे ही गलती की होर को हुई होंदी ते मैं चक फटे देने, पर हो मेरे को गई। ते चलो ओके जी। हेलो जी, अज मैं स्कूलों आ गई हाँ। स्कूल काफ़ी टाइम हो गया, मतलब लंच वगैरह कर लिया, तो हूँ अस चले आप प्लांट मतलब अपने न्यू होम फ्रूट्स चेक करें। चलिए चलिए फ्रूट चेक करिए। आओ चलिए, इन्हें ना और स्केच नहीं ना अपने और नहीं बनाना करना लोकल और क्या नंबर देते हैं इनकी, क्या लगती है सब मंदिर में है तो काम तो ना कर दे भाई, तू ही कर लो तो वो बढ़िया है ना जी। यस चलो फिर हाँ जी। क्या वो बेचारे को भूख लगी, वो कहीं खा ला पा नहीं, वो पिता दो मिलते वो कुत्ता हो का है, मैं भी ना पक गया, वो बेचारा भूखा ही वो कहीं खा ला सा पा नहीं, वो चल पिता दो चल पा देने दूध ला के मैं आया करना, रोटी कुछ ला। तेरे को माइक आ ते माइक दे वहां के भी कवर हूं हाँ तो जी बोल ना। ध्यान रखिए मम्मा। चलिए बाहर आ जाओ, आई फ्रूट्स देखिए, देखना है। हाँ नूरा आ देख, जी चलो चलो आगे। मेरा बेटा नहीं ये हाँ जी बड़ा हो गया है ना, नूरी में बनना रहना यार कोई किन्नू। डाला हाँ जी जो तो आया नहीं, जो तो आया नींबू हो गया ना अपने वो आवला आओ नींबू पैंड है पे ਕਿੰਨੇ ਨੇ ਥੱਲੇ ਲੱਗ ਜਾਣਾ ਕਿੰਨਾ ਅੱਗੇ ਪਏ ਹੀ ਨੇ ਮੈਨੂੰ ਬਹੁਤ ਬਹੁਤ ਵੱਡੇ ਪੈਂਦੇ ਨੇ ਹਾਂ ਜੀ ਇਹਦੇ ਥੱਲੇ ਲੱਗ ਜਾਣਾ ਕਰਨਾ ਹੈ ਹਾਂ ਜੀ। ਆਹ ਅਮਰੂਦ ਅਮਰੂਦ ਤੇ ਕਾਫੀ ਆ, ਮਾਹੀ ਨੇ ਤੇ ਅਭੀ ਨੇ ਬੜੇ ਖਾਦੇ ਤੋੜ ਤੋੜ ਕੇ। ਪਾਪਾ ਲੱਕ ਤੋੜੋ ਹੈ ਇੱਕ ਆ ਦੇ ਦੇਖਾ ਹੈ ਵਾਲਾ, ਇਹ ਵਾਲਾ ਆਈ ਥਿੰਕ ਸੋ ਠੀਕ ਹੋਏਗਾ। ਬਹੁਤ ਸਾਰਾ ਅਮਰੂਦ ਪਿਆ ਆ ਦੇਖਿਓ, ਇਹਦੇ ਥੱਲੇ ਵੀ ਨਾ ਲਾਣੀਆਂ ਟਾਣੀਆਂ ਟਾਣੀਆਂ ਟੁੱਟ। ਹਾਂ ਉਹ ਚਾਚੂ ਨੇ ਲਾਈਆਂ ਸੀ ਗਿਆ, ਅੰਦਰ ਦੇਖੋ ਤੋ ਤੇ ਰੱਸੀ ਨਾ ਕੀਤਾ ਹੀਗਾ। ਲੀਚੀ ਨਹੀਂ ਸੀ ਮਿਲੇ ਹੁੰਦੀ ਪਈ, ਹੁਣ ਹੁੰਦੀ ਪਈ। ਇੱਕ ਕੰਮ ਕਰਨਾ ਹੈ ਇਹਨੂੰ, ਇੱਕ ਕੰਮ ਕਰਨਾ ਹੈ ਆਪਾਂ ਕਿਹੜੀ ਕੋਈ ਨਹੀਂ ਉਹ ਕੀਤਾ, ਅੰਗੂਰਾਂ ਦੀ ਵੇਲ ਨੂੰ ਕਰਨਾ ਹੀ ਅੰਗੂਰਾਂ ਦੀ ਆ। ਵੇਲ ਉੱਪਰ ਕਰਨੀ ਹੈ ਯਾਰ, 4-5 ਦਿਨ ਹੋ ਗਿਆ ਹੀ ਕਹਿੰਦੇ ਪਰ ਕਰਦੇ ਨਹੀਂ ਹੈ। ਮੈਂ ਨਾ ਮੇਰੀ ਯਾਰ ਸੱਟ ਲੱਗੀ ਹੋਈ ਤੈਨੂੰ ਪਤਾ, ਮੈਂ ਮੈਨੂੰ ਲੱਗਦਾ ਨਹੀਂ ਕੁਛ ਹੱਦ ਨਾ ਤੈਨੂੰ ਮਾਰੇ ਬੂਟੇ, ਬਾਕੀ ਪਤਾ ਕੋਈ ਨਹੀਂ। ਕੀ ਪਤਾ ਲੱਗ ਜੇ, ਪਤਾ ਵੀ ਨਹੀਂ ਲੱਗਦੇ ਪਏ ਪੱਤੇ ਕਿਹੜੇ ਆ ਤੇ ਉੱਤੇ। ਹਾਂਜੀ ਪਾਈਪ ਨਹੀਂ ਲਾਇਆ ਮੋਟਰ, ਮਾਹੀ ਅਭੀ ਇਹਨਾਂ ਨੇ ਲਾਇਆ ਹੋਣਾ, ਹੋਰ ਕੌਣ ਐਸਾ ਦੇ ਕੰਮ ਕਰ ਸਕਦਾ। ਚੜ ਕੇ ਸਾਈਕਲ ਤੇ ਕਿੱਥੋਂ ਨਹੀਂ ਜਾਏਗਾ ਕਿ ਤਾਰ ਆ ਤਾਰ ਚ ਫਸ ਜਾਣਾ, ਉੱਪਰੋਂ ਤੇ ਸਾਈਕਲ ਤੇਰਾ ਥੱਲੇ ਦਾ ਥੱਲੇ ਚੱਲ ਜਾਣਾ। ਤੈਨੂੰ ਪਤਾ ਮੈਂ ਰੋਟੀ ਗਰਮ ਕਰਕੇ ਲਿਆਇਆ, ਕਿਸੇ ਕੁੱਤਾ ਹੀ ਨਹੀਂ चला जा कुत्ता जा उधर, कितना सोना लगता पे है ना। आ देखे पापा, आ देखे देखे, ओए 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 ओए, मिट्टी खांदा पे है। ਇਹ ਸਾਡਾ ਮਾਂ ਮਾਂ ਪੈ ਜਾਂਦੇ ਸੀ, ਇਹ ਸਾਡਾ ਸੈਂਡਮੈਨ ਹੈ ਬੱਚਿਓ, ਕਿੰਨੇ ਮਜ਼ੇ ਨਾਲ ਬੱਚਿਓ ਮਿੱਟੀ ਨਾਲ ਗੱਲ ਜੀ ਤੇ ਹੀ ਰੱਖਦੇ ਸਫਾਈ ਹੈ, ਹਾਂ ਗੰਦ ਨਹੀਂ ਹੁੰਦਾ ਪਾਪਾ, ਮਿੱਟੀ ਆ ਬੱਚਿਓ ਮਿੱਟੀ ਨਾਲ ਖਾਇਆ ਕਰੋ, ਮਾਂ ਪੈ ਜਾਂਦੇ ਹਨ। ਨੋ ਜੀ ਦੇ ਵੀ ਲਾਈ ਦੀ ਗੰਦੇ ਨੇ, ਮੇਰੇ ਵਾਲਾ ਦੇ ਵੀ ਲਾ ਦੇ।
ਕਹਿੰਦਾ ਮੈਂ ਲਾਨਾ ਰੁਕ ਜਾ ਬੈਠਣਾ ਨੇ ਮਾਹੀ ਮਾਹੀ ਇਹ ਮੇ ਬੂਟਾ ਹੈ ਬਥੇਰਾ ਲੱਗਦਾ ਹੋ ਜੂਗਾ ਓਹਦੇ ਮੁਕਾਬਲੇ ਨਾਲੋਂ ਤੇ ਸਹੀ ਆ ਬੈਂਗਣ ਕਾਫੀ ਵੱਡੇ ਹੋ ਗਏ ਸਭ ਤੋਂ ਵੱਡਾ ਪਰ ਜਿਹੜੇ ਤੁਸੀਂ ਪਹਿਲੇ ਫੜੇ ਚਲੋ ਦੋ ਬੂਟੇ ਆ ਹੈਨਾ ਆੜੂ ਨਾਖਾ ਪਾਪਾ ਫਿਰ ਨਾਖਾ ਦਾ ਕਿਹੜਾ ਕੱਲਾ ਕੀ ਕਰਨ ਡਿਆ ਓਏ ਪੱਕਾ ਹੀ ਕੰਮ ਐਵਲਾ ਦੱਸਦੇ ਵੀ ਨੀ ਐਵੇਂ ਪਹਿਲੇ ਪਹਿਲੇ ਜੀ ਹੁਣ ਚੱਲੇ ਆਪਾਂ ਆਪਾਂ ਪਿੰਡ ਦੇ ਪਿੰਡ ਦਾ ਦੌਰਾ ਕਰਨ ਆਪਣਾ ਆਪਾਂ ਉੱਪਰੋਂ ਦੀ ਜਿਹੜਾ ਪਿੰਡ ਆ ਤੁਹਾਨੂੰ ਆਪਣਾ ਦਿਖਾਵਾਂਗੇ ਮਾਹੀ ਸਾਨੂੰ ਰਸਤਾ ਦਿਖਾਏਗਾ ਅੱਗੇ 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 ਚੱਲੇਗਾ ਆਪਣੀ ਲੈਂਬਰਗਿਨੀ ਤੇਰੀ ਹਾਂ ਲੈਂਬਰਗਿਨੀ ਦੇ ਅੱਗੇ ਅੱਗੇ ਚੱਲੇਗਾ ਆਪਾਂ ਆਪਣੇ ਮੋਟਰਸਾਈਕਲ ਤੇ ਇਹ ਤਗੜਾ ਬੰਦਾ ਆਪਾਂ ਗਰੀਬ ਬੰਦੇ ਤੇ ਚਲੋ ਚੱਲੀਏ ਦਿਖਾਈਏ ਚਲੋ ਚੱਲੀਏ ਇਹ ਵੀ ਨਾਲ ਹਟ ਜਾਊਗਾ ਚਲੋ ਜੀ ਤੇ ਮੈਂ ਸੋਚਿਆ ਇਧਰੋਂ ਜਾਵਾਂਗੇ ਇਹ ਇਧਰੋਂ ਚਲਾ ਗਿਆ ਦੂਜੀ ਸਾਈਡ ਤੋਂ ਚੱਲ ਜੀ ਅੱਗੇ ਅੱਗੇ ਮਾਹੀ ਪਿੱਛੇ ਪਿੱਛੇ ਆਪਾਂ ਜਾ ਰਹੇ ਹਾਂ ਹਾਂ ਤੇਗ ਮਾਰਦਾ ਜੀ ਵਾਜਾਂ ਬੜੇ ਬੜੇ ਜੀ ਆਈ ਸ਼ਾਬਾਸ਼ ਮਾਹੀ ਦੇਖ ਕੇ ਤੇ ਹੌਲੀ ਹੌਲੀ ਚੱਲੀ ਬ੍ਰੇਕ ਇਹਦੀ ਘੱਟ ਆ ਤੇਰੀ ਨੰਬਰ ਕਿੰਨੀ ਦੀ ਆਹੋ ਚਾਚੂ ਕਹਿਣ ਡੇ ਕਹਿੰਦੇ ਬ੍ਰੇਕਾਂ ਬਿਲਕੁਲ ਹੀ ਇਹਦੀਆਂ ਜਿਹੜੀਆਂ ਵਾ ਨਾ ਘੱਟ ਗਈਆਂ ਇੱਥੋਂ ਆਇਆ ਵੀ ਟੈਲਾਂ ਵੀ ਬਹੁਤ ਉੱਖੜੀਆਂ ਹੋਈਆਂ ਵਾ ਯਾਰ ਮੈਨੂੰ ਡਰ ਲੱਗਦਾ ਮਾਹੀ ਦਾ ਹਾਂ ਚੱਲ 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 ਜੀ ਬਸ ਜੀ ਬਸ ਚਾਹ ਪਾਣੀ ਚਾਚੀ ਜੀ ਸਰਪੰਚ ਦੇ ਵਾਈਫ ਚੱਲ 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 ਹੋਰ ਚਾਚੀ ਹੋਰ ਤੋਂ ਕੀ ਕਹਿੰਦਾ ਨਹੀਂ ਸਾਡੇ ਪਿੰਡ ਦੇ ਮੈਂਬਰ ਹਾਂ ਅੱਗੇ ਦੇਖ ਲਾ ਮੈਂ ਮਾਰ ਦੇਣਾ ਹਰਨਾ ਜੇ ਪਿੰਡ ਦਾ ਟਰਨ ਲੈ ਲਿਆ ਆਪਾਂ ਦੂਸਰਾ ਅਤੇ ਇੱਧਰ ਸਾਈਡ ਆ ਲੂ ਇੱਧਰ ਹਾਂ ਦੇਖੋ ਜੀ ਅਮਰੂਦਾਂ ਦੇ ਲੀਚੀਆਂ ਦੇ ਬੂਟੇ ਸਾਡੇ ਪਿੰਡ ਦੇ ਹਾਂ ਵਧੀਆ ਵਧੀਆ ਠੀਕ ਆਹ ਸਾਡੇ ਪਿੰਡ 'ਚ ਇੱਕ ਪਲਾਟ ਖਾਲੀ ਹੈ ਵਿੱਚ ਜੇ ਕਿਸੇ ਨੇ ਖਰੀਦਣਾ ਤਾਂ ਉਹ ਦੱਸ ਸਕਦਾ ਹਾਂ
ਆ ਮਾਹੀ ਨੇ ਵੀ ਦੱਸਤਾ ਤੁਹਾਨੂੰ ਮਾਹੀ ਕਹਿੰਦੀ ਹਾਂਜੀ ਤੇਗ ਨੇ ਤੇ ਆ ਸੌਰੀ ਤੇਗ ਨੇ ਮਾਹੀ ਤੁਹਾਡੇ ਨਾਲ ਨਾ ਚੱਲਣ ਦੀ ਇਹਦੇ ਮਾਹੀ ਤੇ ਹੁਣ ਇੱਖਾਂ ਤੇ ਛੱਡ ਗਈ ਸੀ ਮਾਹੀ ਹੱਥ ਫੜ ਕੇ ਜਾ ਦੋਵੇਂ ਹਾਂ ਹੁਣ ਜਾਦਾ ਨਹੀਂ ਡਰਾਈਵਰ ਹੋ ਗਿਆ ਅਜੇ ਹਾਂ ਲੋਕਾਂ ਨੇ ਟਮਾਟਰ ਲਾਏ ਗਲੀਆਂ ਦੇ ਵਿੱਚ ਤੁਹਾਡੇ ਪੈਰ ਹੁੰਦਾ ਇੱਥੇ ਤਾਂ ਕਹਿੰਦੇ ਹੁੰਦੇ ਆ ਇੱਥੇ ਤੱਕ ਮਾਹੀ ਉਹ ਸਾਹਮਣੇ ਉਹ ਨਾ ਘਰ ਹੈ ਨਾ ਘਰ ਹੈ ਨਾ ਨਵਾਂ ਵਾਲਾ ਭਰਜਾਈ ਜੀ ਕੀ ਬਣਾ ਲੱਗੇ ਜੀ ਸਾਡੀ ਭਰਜਾਈ ਬਣਾਉਣ ਲੱਗੇ ਜੀ ਗਾਜਰਾਂ ਮਟਰ ਦੇਖੋ ਜੀ ਸੜਕ ਤੇ ਚੁੱਲ੍ਹਾ ਬਣਾਇਆ ਨਾ ਹਾਂਜੀ ਹਾਂਜੀ ਬਸ ਭਰਾਓ ਆਨੇ ਸ਼ਾਮ ਨੂੰ ਖਾਣ ਭਾਜੀ ਹੁਣੀ ਆਏ ਨੀ ਜੀ ਅੱਛਾ ਗਏ ਨੇ ਜੀ ਕੰਮ ਤੇ ਓਹੋ ਚਲੋ ਕੋਈ ਗੱਲ ਨਹੀਂ ਹੋਰ ਠੇਕੇਦਾਰ ਜੀ ਠੀਕ ਠਾਕ ਬਾ ਜੀ ਬਸ ਠੇਕੇਦਾਰ ਵੀ ਸਾਡੇ ਸੁਟਨੇ ਚੱਲ 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 ਕੋਈ ਨੀ ਕੋਈ ਜਾਣਦੇ ਜਾਣਦੇ ਕਹਿੰਦੀ ਮੇਰੀ ਲੈਂਬਰ ਕਿੰਨੀ ਗੁਰਦੁਆਰਾ ਦਿਖਾਇਆ ਨੀ ਸੀ ਦਿਖਾਇਆ ਹੀ ਨਾ ਚਲੋ ਆਪਾਂ ਆ ਗਏ ਫਿਰ ਘਰ ਚਲੋ ਆਪਾਂ ਹੁਣ ਮਾਈ ਦੀ ਲੜਾਈ ਚਾਲੂ ਹੋ ਜਾਣੀ ਆ ਮੈਨੂੰ ਪਤਾ ਇੱਕ ਗੱਲ ਤੋਂ ਤੁਹਾਨੂੰ ਦੱਸਦੇ ਆ ਮੈਨੂੰ ਪਤਾ ਜਿਹੜੀ ਗੱਲ ਲੜਾਈ ਚਲੋ ਓਕੇ ਮਿਲਦੇ ਪਿੰਡਾਂ ਦਾ ਸਨਸੈਟ ਪੁਆਇੰਟ ਦੇਖੋ ਜੀ ਪਿੰਡ ਵਿਲੇਜ ਲਾਈਫ ਕਿੱਦਾਂ ਸਾਰੇ ਕਣਕ 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 ਬੀਜੀ ਆ ਬਹੁਤ ਹੀ ਬਿਊਟੀਫੁਲ ਪਲੇਸ ਬਣਿਆ ਪਿਆ ਬਹੁਤ ਵਧੀਆ ਜੀ ਲਓ ਜੀ ਨਾਟਕ ਚੱਲਦਾ ਪਿਆ ਓਏ ਡਰਾ ਨਾ ਦੇਵੀ ਉਹਨੂੰ ਕਿਤੇ ਇੱਕ ਹੋਰ ਪੁਰਾਣੀ ਯਾਦ ਜਿਹੜੇ ਨਹੀਂ ਅੱਜ ਕੱਲ੍ਹ ਤੁਹਾਨੂੰ ਕੁਛ ਦੇਖਣ ਨੂੰ ਮਿਲਦਾ ਉਹ ਗੋਹੇ ਪੱਥੇ ਹੋਏ ਉੱਪਰ ਮੂਸਲ ਗੀਰਾ ਲੱਗਾ ਸੋਰੀ ਮੂਸਲ ਨੇ ਗੀਰਾ ਲੱਗਾ ਉਹਦੇ ਤਰਪਾਲ ਦਿੱਤੀ ਨਾਲ ਨਾ ਪਰਾਲੀ ਥੋੜ੍ਹੀ ਟੱਕੀ ਹੋਈ ਆ ਅਤੇ ਇੱਧਰ ਬਾਲਣ ਬੁਲਣ ਇਕੱਠਾ ਕੀਤਾ ਹੋਇਆ ਸਾਰਾ ਲਾਗੇ ਪਰਾਲੀ ਦੇ ਹੈ ਨਾ ਅਤੇ ਇੱਧਰ ਸਾਰੇ ਉਹ ਤੋਰੀਆਂ ਲਮਕੀਆਂ ਪਈਆਂ ਕਿੱਦਾਂ ਸਾਰੀਆਂ ਹੈ ਨਾ ਹਾਂ ਇੱਕ ਆ ਵੀ ਸਾਡੇ ਵੀ ਲਾਗੇ ਪੋਪੂਲਰ ਦਾ ਬੂਟਾ ਹੈ ਹੁਣ ਅਸੀਂ ਆ ਗਏ ਆ ਵਾਪਸ ਘਰ ਨੂੰ ਤੇ ਕਿੱਦਾਂ ਦਾ ਲੱਗਾ ਸਾਡਾ ਛੋਟਾ ਜਿਹਾ ਪਿੰਡ ਪਿਆਰਾ ਜਿਹਾ ਤੇ ਸਾਨੂੰ ਕਮੈਂਟ 'ਚ ਜ਼ਰੂਰ ਦੱਸਿਓ ਛੋਟਾ ਜਿਹਾ ਤੇ ਪਿਆਰਾ ਜਿਹਾ ਪਿੰਡ ਸਾਡੇ ਅਸਲ 'ਚ ਨਾ ਪਿੰਡ ਦੋ ਆ ਪੰਚਾਇਤ ਇੱਕ ਆ ਇੱਕ ਦੂਸਰਾ ਪਿੰਡ ਦੋ ਕਿਲੇ ਦਾ ਟਮਾ ਵਾ ਤੇ ਦੋ ਪਿੰਡ ਆ ਪੰਚਾਇਤ ਇੱਕ ਆ ਤੇ ਇੱਧਰ ਸਾਡੇ ਜਿਹੜੇ ਉਰਲੇ ਪਾਸੇ ਸਾਰੇ ਸਰਦਾਰਾਂ ਦੇ ਘਰ ਆ ਤੇ ਪਰਲੇ ਪਿੰਡੇ ਮਿਕਸ ਘਰ ਆ ਸਾਰੇ ਜਿੰਨੇ ਸਾਰੀ ਹਰ ਬਰਾਦਰੀ ਉੱਧਰ ਹੈਗੀ ਆ ਤੇ ਚਲੋ ਆਪਾਂ ਘਰ ਆ ਗਏ ਜਿੱਦਾਂ ਤੁਹਾਨੂੰ ਦੱਸਿਆ ਕਿ ਮਾਈ ਨੇ ਹੋ ਜਾਣਾ ਨਾਰਾਜ਼ ਮੈਨੂੰ ਪਤਾ ਸੀ ਕਿਹੜੀ ਗੱਲ ਹੋਣਾ ਹੋ ਗਈ ਆ ਜਦੋਂ ਕੋਈ ਗੱਲ ਹੁੰਦੀ ਆ ਠੀਕ ਆ ਤੈਨੂੰ ਮੈਂ ਮੈਕ ਵੀ ਦੇ ਦਾਂਗਾ ਸਾਰਾ ਕੁਝ ਦੇ ਦਾਂਗਾ ਵੱਖਰਾ ਲੈ ਦਾਂਗਾ ਠੀਕ ਆ ਮੇਰੀ ਗੱਲ ਸੁਣ ਜਦੋਂ ਆਪਾਂ ਕੋਈ ਰੀਲ ਬਣਾਉਂਦੇ ਹਾਂ ਜਾਂ ਕੋਈ ਕੰਮ ਕਰਦੇ ਹਾਂ ਕੁਝ ਵੀ ਮੰਮਾ ਲਾਗੇ ਹੁੰਦੀ ਆ ਨੂਰ ਲਾਗੇ ਹੁੰਦੀ ਆ ਚਾਚੂ ਹੁੰਦੇ ਆ ਚੱਲ ਤੇਗ ਤੇ ਛੋਟਾ ਉਹਨਾਂ ਤੂੰ ਕੀ ਰੁੱਸਣਾ ਸਾਰਿਆਂ ਨੂੰ ਛੱਡ ਕੇ ਮੇਰੇ ਨਾਲ ਹੀ ਕਿਉਂ ਰੁੱਸਣਾ ਕੋਈ ਮੈਨੂੰ ਮਨਾਉਂਦਾ ਨੀ ਤੁਸੀਂ ਮੈਨੂੰ ਮਨਾ ਲੈਂਦੇ ਜੇ ਮੈਂ ਤਾਂ ਤੁਹਾਡੇ ਨਾਲ ਰਸਨਾ ਆਇਆ ਮੇਰਾ ਲਓ ਜੀ ਕਾਕਾ ਸਾਡਾ ਹੋ ਗਿਆ ਸੀ ਬਿਮਾਰ ਤੇ ਖਾਂਸੀ ਹੋ ਗਈ ਨਾ ਤੇ ਬੁਖਾਰ ਵੀ ਹੋ ਗਿਆ ਫੀਵਰ ਵੀ ਹੈਗਾ ਸੀ ਤੇ ਦਵਾਈ ਖਾ ਕੇ ਗਿਆ ਸੌਂ ਸਵੇਰ ਦਾ ਬਹੁਤ ਸ਼ਤਾਨੀਆਂ ਕਰਦਾ ਪਿਆ ਸੀ ਤੇ ਹੱਥ ਠੰਡੇ ਹੋਏ ਜਿਹੜੇ ਦਵਾਈ ਖਾ ਕੇ ਸੌ ਗਿਆ ਵਾ ਤੇ ਅੱਜ ਅਸੀਂ ਥੋੜ੍ਹੇ ਬਿਜ਼ੀ ਸੀ ਅਤੇ ਆਪਾਂ ਫਿਰ ਵੀ ਕੰਪਲੀਟ ਕੀਤਾ ਜੀ ਅਤੇ ਚਲੋ ਬਾਕਾ ਕੱਲ੍ਹ ਨੂੰ ਮਿਲਦੇ ਹਾਂ ਇਹ ਤੁਹਾਨੂੰ ਦੱਸ ਦੇਣਗੇ ਕੱਲ੍ਹ ਨੂੰ ਆਪਾਂ ਕੀ ਕਰਨਾ ਅਤੇ ਕੀ ਇਹਨਾਂ ਦੀ ਪਲੈਨਿੰਗ ਆ
ਦੱਸੋ ਭਾਈ ਦੋਵੇਂ ਜਾਣੇ ਹੈਲੋ ਦੱਸੋ ਦੋਵੇਂ ਜਾਣੇ ਦੱਸੋ ਭਾਈ ਕੀ ਚੱਲ ਰਿਹਾ ਹਾਂ ਇੱਕ ਦਾ ਚੱਲੀ ਹਰੀ ਪਲੈਨਿੰਗ ਦੀ ਪਲੈਨਿੰਗ ਦਾ ਮੈਂ ਉੱਥੇ ਬੈਠੋ ਨੇ ਜਿੱਦਾਂ ਕਿ ਤੁਹਾਡੇ ਪਾਪਾ ਨੇ ਦੱਸਿਆ ਕਿ ਅਸੀਂ ਥੋੜ੍ਹੇ ਬਿਜ਼ੀ ਸੀ ਤਾਂ ਕਰਕੇ ਇਹ ਜ਼ਿਆਦਾ ਲੰਬਾ ਵਲੌਗ ਨਹੀਂ ਬਣਾ ਪਾਏ ਹੋਰ ਕੁਛ ਕੀ ਹੁਣ ਸਵੇਰੇ ਸਕੂਲ ਜਾਣਾ ਮੇਰੀ ਐਕਟੀਵਿਟੀ ਆ ਮੈਂ ਉਹ ਕਰਦੀ ਪਈ ਹਾਂ ਅਤੇ ਮੈਂ ਤੁਹਾਨੂੰ ਐਕਟੀਵਿਟੀ ਦਾ ਰਿਜ਼ਲਟ ਜ਼ਰੂਰ ਦੱਸੂੰਗੀ ਮੇਰੀ ਕੋਈ ਐਕਟੀਵਿਟੀ ਨਹੀਂ ਹੁੰਦੀ ਮੇਰੇ ਟੈਸਟ ਹੀ ਹੁੰਦੇ ਰਹਿੰਦੇ 24 ਘੰਟੇ ਸਾਨੂੰ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਐਂਡ ਥੈਂਕਸ ਫੋਰ ਵਾਚਿੰਗ